मैं ही वैसे आईलेट्स कर रहे हैं। मैं इतने अपने यार मित्र दे फैमिली जाने नू लैन आया सी बाहरों, रात नू आ रहा सी। केड़ी गड्डी कितों बंदे आए सी? ऑस्ट्रेलिया तो मेलबोर्न तो आए नहीं जी, डिजायर गड्डी सी पटियाला नंबर दी। ਤੇ ਮੈਂ ਇਹਨਾਂ ਨੂੰ ਟੰਡੋਲੀ ਕਲਾਂ ਪਿੰਡ ਛੱਡਣ ਜਾ ਰਿਹਾ ਸੀ ਦਿੜਬੇ ਦੇ ਕੋਲ। ਕੀ ਘਟਨਾ ਵਾਪਰੀ ਸੁਣਨਾ, ਕਿੰਨਿਆਂ ਵਿਅਕਤੀਆਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ, ਕੀ ਕਾਰਨ ਸੀ? ਇਹ ਘੱਟ ਤੋਂ ਘੱਟ 5 ਜਣੇ ਸੀ। ਇਹਨਾਂ ਕੋਲ ਠੇਕੇਦਾਰਾਂ ਵਾਲੀ ਗੱਡੀ ਸੀ, ਰੋਡ ਦੇ ਵਿਚਾਲੇ ਇਹਨਾਂ ਨੇ ਰੋਡ ਬੰਦ ਕੀਤਾ ਹੋਇਆ ਸੀ। ਮੈਂ ਦੂਰੋਂ ਗੱਡੀ ਦੇਖ ਕੇ ਮੈਂ ਬ੍ਰੇਕ ਲਗਾਏ, ਮੈਂ ਦੇਖਿਆ ਜਦੋਂ ਮੈਂ ਗੱਡੀ ਹੌਲੀ ਹੌਲੀ ਬੈਕ ਕੀਤੀ, ਇਹਨਾਂ ਨੇ ਗੱਡੀ ਲਿਆ ਕੇ ਮੇਰੇ ਗਣੀ ਨੂੰ ਕੀਤੀ ਅੱਗੇ, ਮੈਂ ਇਹਨਾਂ ਨੇ ਗੱਡਾ ਰੋਕ ਲਿਆ, ਮੂਹਰੇ ਮਾਰੀ ਗੱਡੀ ਆ ਕੇ ਫਿਰ ਬੰਪਰ ਦੇ ਵਿੱਚ। ਤੇ ਇਹਨਾਂ ਦਾ ਇੱਕ ਬੰਦਾ ਪਿਛਲੀ ਟਾਕੀ 'ਚ ਉਤਰ ਕੇ ਗੱਡੀ ਦੇ ਕਹਾੜੀਆਂ ਮਾਰੀਆਂ ਨੇ ਇਹਨੇ, ਫਿਰ ਮੈਂ ਉੱਥੋਂ ਆਪਦੀ ਜਾਨ ਬਚਾਉਣ ਦੇ ਉਹਨੇ ਗੱਡੀ ਭਜਾਈ ਹੈ। ਅਸੀਂ ਪਿੰਡ 'ਚ ਕਿਸੇ ਦੇ ਘਰ ਪਹੁੰਚ ਕੇ ਆਪਦੀ ਜਾਨ ਬਚਾਈ ਹੈ ਜੀ। ਉੱਥੇ ਆਏ ਨੇ ਇਹ ਬਾਅਦ 'ਚੋਂ ਤੇ ਕਹਿੰਦੇ ਆਪਣਾ ਗੱਡੀ ਦੇ ਵਿੱਚ ਦਾਰੂ ਏ ਐਂ ਫਲਾਣਾ, ਜਦੋਂ ਇਹਨਾਂ ਨੇ ਗੱਡੀ ਚੈੱਕ ਕੀਤਾ, ਗੱਡੀ ਦਾ ਪਿੱਛਾ ਕੀਤਾ ਜੀ ਇਹਨਾਂ ਨੇ ਬਹੁਤ। ਕਿੰਨੇ ਬੰਦੇ ਸੀਗੇ ਤੁਸੀਂ ਗੱਡੀ ਦੇ ਵਿੱਚ? ਅਸੀਂ 3 ਜਣੇ ਸੀ, ਇਹਨੇ ਦਾਰੂ ਨਾਲ ਪੂਰੇ ਨਸ਼ੇ ਦੇ ਵਿੱਚ ਸੀ। ਕੀ ਲੱਗਦਾ ਕਿਸ ਨੀਅਤ ਨਾਲ ਜਿਹੜਾ ਇਹ ਬੰਦੇ ਤੁਹਾਡੇ ਮਾਰ ਕੇ ਲੱਗੇ? ਇਹ ਲੁੱਟ ਮਾਰਦੀ ਸੀ ਜੀ, ਵੀ ਲੁੱਟ ਖੋ ਕੇ ਇਹਨਾਂ ਦਾ ਕੁਝ ਕਰ ਦਾਂਗੇ। ਫਿਰ ਹੁਣ ਜਿਹੜਾ ਹੈਗਾ ਕੀ ਕੰਪਲੇਂਟ ਕੀਤੀ ਗਈ ਹੈ ਥਾਣੇ 'ਚ, ਕੀ ਕੀਤਾ ਗਿਆ ਜੀ? ਅਸੀਂ ਤਾਂ ਇਹ ਕਾਰਵਾਈ ਪਾਉਣ ਨੂੰ ਕਹਿ ਰਹੇ ਹਾਂ ਵੀ ਜੋ ਮੁਕੱਦਮਾ ਦਰਜ ਹੁੰਦਾ ਉਹ ਕਰੋ। ਇੱਕ ਗੁਰਵਿੰਦਰ ਸਿੰਘ ਇਹ ਹੈਗੇ ਨੇ ਢੰਡੋਲੀ ਕਲਾਂ ਤੋਂ ਨੇ, ਜੋ ਆਸਟ੍ਰੇਲੀਆ ਦੇ ਪੀਆਰ ਨੇ। ਉਹਨਾਂ ਨੇ ਗੱਡੀ ਕਿਰਾਏ 'ਤੇ ਕੀਤੀ ਹੋਈ ਸੀ, ਹਰਸ਼ਦੀਪ ਸਿੰਘ ਪੁੱਤਰ ਗੁਰਧਿਆਨ ਸਿੰਘ ਵਾਸੀ ਵਾਰਡ ਨੰਬਰ 13 ਅਫਸਰ ਕਲੋਨੀ ਸਮਾਣਾ, ਜੋ ਰਾਤ ਚੰਡੀਗੜ੍ਹ ਤੋਂ ਵਾਪਸ ਆ ਰਹੇ ਸੀ। ਜਦੋਂ ਉਹ ਪਿੰਡ ਜਨਾਲ ਤੋਂ ਢੰਡੋਲੀ ਕਲਾਂ ਰਾਤ ਕਰੀਬ ਵਕਤ 1 ਵਜੇ ਪਹੁੰਚੇ ਤਾਂ ਉਹਨਾਂ ਨੇ ਸਾਹਮਣੇ ਇੱਕ ਗੱਡੀ ਦੇਖੀ ਸੀ, ਬਲੈਰੋ ਪਿਕਅਪ। ਉਹ ਗੱਡੀ ਨੇ ਲਾਈਟਾਂ ਲੁੱਟਾਂ ਦਿੱਤੀਆਂ, ਇਹਨਾਂ ਨੇ ਗੱਡੀ ਕੁਲਫਤ ਦੇਖ ਕੇ ਪਿੱਛੇ ਮੋੜਨ ਲੱਗੇ। ਉਹਨਾਂ ਨੇ ਪਿੱਛਾ ਕੀਤਾ ਅਤੇ ਮੋਟਰਸਾਈਕਲ ਸੀ ਇੱਕ ਉਹਨਾਂ ਕੋਲ, ਉਹਨਾਂ ਨੇ ਅੱਗੇ ਗੱਡੀ ਘੇਰ ਕੇ ਇਹਨਾਂ ਦੀ ਗੱਡੀ ਦੇ ਸ਼ੀਸ਼ੇ 'ਤੇ ਵੀ ਡੰਡੇ ਸੋਟੀ ਮਾਰੇ, ਸ਼ੀਸ਼ਾ ਫੁੱਟ ਗਿਆ ਸੀ ਅਤੇ ਗੱਡੀ ਦਾ ਨੁਕਸਾਨ ਹੋਇਆ। ਅਤੇ ਇਸਦੇ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਇੱਕ ਬੰਦਾ ਬਾਏ ਨੇਮ ਗੁਰਭੇਜ ਸਿੰਘ ਅਤੇ 4-5 ਨਾਮਲੂਮ ਵਿਅਕਤੀਆਂ ਦੇ ਖਿਲਾਫ ਪਰਚਾ ਬੰਦੀ ਇਹ ਹਰਸ਼ਦੀਪ ਸਿੰਘ ਪੁੱਤਰ ਗੁਰਧਿਆਨ ਸਿੰਘ ਦੇ ਬਿਆਨ ਦੇ ਪਰਚਾ ਦਾ ਸੀਗਾ। ਕਿੰਨੇ ਵਿਅਕਤੀ ਜਿਹੜੇ ਸੀਗੇ ਜੀ ਗੱਡੀ ਦੇ ਵਿੱਚ ਜਿਹੜੇ ਇਹਨਾਂ ਦੀ ਮਾਰੇ ਸੀ? ਇੱਕ ਗੁਰਵਿੰਦਰ ਸੀ, ਗੁਰਵਿੰਦਰ ਦੀ ਵਾਈਫ ਅਤੇ ਖੋ ਉਹਦਾ ਮਿੱਤਰ ਸੀ। ਕੋਈ ਬੰਦਾ ਅਰੈਸਟ ਕੀਤਾ ਗਿਆ ਜੀ? ਜਲਦੀ ਜਲਦੀ ਇੱਕ ਸਾਡੇ ਬਾਏ ਨੇਮ ਦਿੱਤਾ, ਬਾਕੀ ਨਾਮਲੂਮ ਦੇ ਦਿੱਤਾ ਉਹਨੂੰ ਸਿਰ ਨਹੀਂ। ਇਹ ਅਜੇ ਤਾਂ ਅਸੀਂ ਤਫਤੀਸ਼ ਜਿਵੇਂ ਵੀ ਸਾਹਮਣੇ ਆਊਗਾ ਉਸ ਦੇ ਅਨੁਸਾਰ ਕਰਦੇ।